ਹੁਣ ਗੱਲ ਕਰਦੇ ਹਾਂ ਲੁਧਿਆਣਾ ਦੇ ਜਿੱਥੇ ਇੱਕ ਨੌਜਵਾਨ ਡਿਗਰੀਆਂ ਅਤੇ ਕੌਮੀ ਖੇਡਾਂ ਵਿੱਚ ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਵੀ ਨੌਕਰੀ ਲਈ ਦਰ ਦਰ ਠੋਕਰਾਂ ਖਾ ਰਿਹਾ ਨੌਜਵਾਨ ਦੀ ਮਾਂ ਦਿਹਾੜੀਆਂ ਕਰਦੀ ਹੈ ਤੇ ਉਸ ਦੇ ਪਿਤਾ ਦਾ ਛੋਟੇ ਹੁੰਦਿਆਂ ਹੀ ਦੇਹਾਂਤ ਹੋ ਗਿਆ ਜ਼ੀ ਮੀਡੀਆ ਦੀ ਟੀਮ ਨੇ ਨੌਜਵਾਨ ਦੇ ਨਾਲ ਖਾਸ ਗੱਲਬਾਤ ਕੀਤੀ ਤੇ ਆਓ ਸੁਣਦੇ ਹਾਂ ਕੀ ਕਹਿਣਾ ਉਸ ਨੌਜਵਾਨ ਦਾ ये जो नौजवान तुसी देख रहे हो इस नौजवान ने पंजाब दे देश लई कई मैडल जिते ने लुधियाना दा ये नौजवान डिग्रियां ते कौमी खेडां च गोल्ड मैडलिस्ट होण दे बावजूद नौकरी की उड़ीक कर रहा है ते नौकरी लई दर दर ते ठोकरां भी खा रहा है। तुहानू दस दईए कि सतीश कुमार ना सिर्फ खेडां च कौमी पद्धर ते दर्जना मैडल हासिल कर चुका है सगों उसने बीएड एमएड ते एमफिल विच सिक्ख्या प्राप्त की है पर इसके बावजूद नौकरी तो वांझा है। सतीश दे छोटे हुंदिया ही उसके पिता का देहांत हो गया सी ते सतीश दी मां ने दिहाड़ियां करके सतीश नूं पालिया ते पढ़ाया ते ओह हुण वी दिहाड़ियां करन नूं मजबूर है। इस बाबत जदों जी मीडिया की टीम ने सतीश तक पहुंच की तो सतीश ने दस्या कि उसने सॉफ्ट बॉल विच कई कौमी मैडल हासिल किए ने ते भारत की कोई अजिही थां नहीं है जिथे ओह ना खेडिया होवे जां बच्चियां दी टीम नूं ना तैयार करके लैके गया होवे। सतीश ने दस्या कि उसनू राणा गुरमीत सोढी और सुखबीर सिंह बादल वालों सम्मानित भी किया गया है पर उसकी इस मेहनत के बदले अज तक उसनू नौकरी नहीं मिली। ਤਜੀ ਮਜ਼ਦੂਰੀ ਕਰਨ ਲੱਗੇ ਤੇ ਮੈਂ ਵੀ ਬਾਲ ਮਜ਼ਦੂਰ ਬਣ ਗਿਆ ਸੀਗਾ। ਦਾਲਾਂ ਵੇਚੀਆਂ, ਚਾਹ ਵੇਚੀ, ਠੀਕ ਹੈ ਨਾ। ਉਸ ਤੋਂ ਬਾਅਦ ਭਾਜੀ ਪੈਡਲ ਬਣਾਏ ਸਿਰਫ 5 ਰੁਪਏ ਦਿਹਾੜੀ ਤੇ। ਉਸ ਤੋਂ ਬਾਅਦ ਭਾਜੀ ਆਪਣਾ ਕਾਰਾਂ ਤੱਕ ਸਾਫ ਕੀਤੀਆਂ, ਠੀਕ ਹੈ ਨਾ। ਉਸ ਤੋਂ ਇਲਾਵਾ ਬੁੱਕ ਸ਼ਾਪ ਤੇ ਵੀ ਮੈਂ ਕੰਮ ਕੀਤਾ ਤੇ ਬਹੁਤ ਸਾਰਾ ਇਹੋ ਜਿਹੇ। ਉਹ ਤੋਂ ਬਾਅਦ ਜਦੋਂ ਐਜੂਕੇਟਰ ਐਮਫਿਲ ਹੋਣ ਤੋਂ ਬਾਅਦ ਮੈਂ ਦੱਸਦਾ ਤੁਹਾਨੂੰ, ਉਹ ਤੋਂ ਬਾਅਦ ਮੈਂ ਜੁੱਤੀਆਂ ਰੋਡ ਤੇ ਰੱਖ ਕੇ ਵੇਚੀਆਂ। ਸਤੀਸ਼ ਨੇ ਕਿਹਾ ਕਿ ਉਸਦੀ ਮਾਂ ਨੂੰ ਉਸ ਤੋਂ ਬਹੁਤ ਉਮੀਦਾਂ ਸੀ ਕਿ ਸਤੀਸ਼ ਵੱਡਾ ਹੋ ਕੇ ਪੜ੍ਹ ਲਿਖ ਕੇ ਘਰ ਦੀ ਮਾਲੀ ਹਾਲਤ ਸੁਧਾਰੇਗਾ ਪਰ ਉਹ ਇੱਕ ਸੁਪਨਾ ਹੀ ਰਹਿ ਗਿਆ। ਸਤੀਸ਼ ਨੇ ਦੱਸਿਆ ਕਿ ਇਹ ਉਸਦੇ ਘਰ ਦੀ ਕਹਾਣੀ ਨਹੀਂ ਸਗੋਂ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੇ ਘਰ ਦੀ ਕਹਾਣੀ ਹੈ ਜੋ ਅੱਜ ਨੌਕਰੀਆਂ ਲਈ ਤਰਸ ਰਹੇ ਨੇ। ਸਤੀਸ਼ ਨੇ ਕਿਹਾ ਕਿ ਵਿਧਾਇਕਾਂ ਦੇ ਬੇਟਿਆਂ ਨੂੰ ਜੇਕਰ ਨੌਕਰੀ ਤਰਸ ਦੇ ਆਧਾਰ ਤੇ ਮਿਲ ਸਕਦੀ ਹੈ ਤਾਂ ਉਸ ਨੂੰ ਯੋਗਤਾ ਦੇ ਆਧਾਰ ਤੇ ਕਿਉਂ ਨਹੀਂ। ਸਰ ਇਹ ਸਭ ਕੁਛ ਨਾ ਘਰ ਘਰ ਨੌਕਰੀ ਦੇ ਆਧਾਰ 'ਤੇ ਹੀ ਹੋ ਰਿਹਾ ਵਾ। ਐੱਮ ਐੱਲ ਏ ਦਾ ਘਰ ਵੀ ਪੰਜਾਬ ਦੇ ਵਿੱਚ, ਉਹਨਾਂ ਦੇ ਘਰ ਨੌਕਰੀ ਪਹੁੰਚ ਗਈ ਤਾਂ ਸ਼ਾਇਦ ਹੁਣ ਮੇਰੇ ਘਰ ਵੀ ਪਹੁੰਚ ਜਾਏਗੀ, ਠੀਕ ਹੈ ਨਾ। ਮੈਂ ਤਾਂ ਇਹੀ ਆਸ ਰੱਖਦਾ ਵਾਂ ਕਿ ਚਾਹੇ ਉਹਨਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਗਈ ਆ ਅਤੇ ਕਾਬਲ ਬੰਦੇ ਵੀ ਕੁਝ ਹੈਗੇ ਆ, ਕਾਬਲੀਅਤ ਦੇ ਆਧਾਰ 'ਤੇ ਵੀ ਨੌਕਰੀ ਦਿੱਤੀ ਜਾਵੇ, ਚਾਹੇ ਤੁਸੀਂ ਤਰਸ ਦੇ ਆਧਾਰ 'ਤੇ ਨੌਕਰੀ ਲਗਾ ਲਓ ਸਰ। ਮੈਂ ਤਾਂ ਇਹੀ ਰਿਕੁਐਸਟ ਕਰਦਾ ਹਾਂ ਜੀ। ਸੋ ਇਹ ਤੁਸੀਂ ਸੁਣਿਆ ਕਿ ਇਹ ਸਿਰਫ ਸਤੀਸ਼ ਦੇ ਘਰ ਦੀ ਕਹਾਣੀ ਨਹੀਂ ਬਲਕਿ ਪੰਜਾਬ ਦੇ ਹਰ ਨੌਜਵਾਨ ਖਿਡਾਰੀ ਅਤੇ ਪੜ੍ਹੇ ਲਿਖੇ ਨੌਜਵਾਨ ਦੀ ਹੈ ਜਿਨ੍ਹਾਂ ਨੇ ਦੇਸ਼ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਤੇ ਅੱਜ ਵੀ ਇਹੋ ਜਿਹੇ ਨੌਜਵਾਨ ਨੌਕਰੀ ਲਈ ਦਰ ਦਰ ਤੇ ਠੋਕਰਾਂ ਖਾ ਰਹੇ ਨੇ। ਸੋ ਲੋੜ ਹੈ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਇਹਨਾਂ ਨੌਜਵਾਨਾਂ ਦੀ ਬਾਂਹ ਫੜਨ ਦੀ ਤਾਂ ਜੋ ਇਹਨਾਂ ਦੀ ਘਰ ਦੀ ਮਾਲੀ ਹਾਲਤ ਠੀਕ ਹੋ ਸਕੇ ਤੇ ਇਹ ਵੱਧ ਚੜ ਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ, ਜ਼ੀ ਮੀਡੀਆ।